ਸੋਗ ਅਗਨ ਤਿਸ ਜਨ ਨਾ ਵਿਆਪੈ। ਉਸ ਜਨ ਪਿਆਰੇ ਨੂੰ ਸੋਗ ਦੀ ਅਗਨੀ, ਚਿੰਤਾ, ਫਿਕਰ, ਝੋਰਾ, ਇੱਥੇ ਸੋਗ ਦਾ ਅਰਥ ਝੋਰਾ, ਬੰਦਾ ਝੂਰੀ ਜਾਂਦਾ ਬੈਠਾ ਸਾਰਾ ਦਿਨ, ਕੀ ਝੂਰਦਾ ਹੈ, ਫਲਾਣੇ ਦੇ ਕੋਠੀ ਬਣ ਗਈ ਮੇਰੇ ਨਹੀਂ ਬਣੀ, ਫਲਾਣੇ ਨੇ ਇੰਨੀ ਜ਼ਮੀਨ ਲੈ ਲਈ ਮੈਂ ਉਵੇਂ ਭੁੱਖਾ ਤੁਰਿਆ ਫਿਰਦਾ, ਆਹ ਬੜੇ ਸੋਹਣੇ ਕੱਪੜੇ ਪਾਏ ਆ ਮੈਨੂੰ ਨਹੀਂ ਇੱਦਾਂ ਦੇ ਮਿਲੇ, ਇਹ ਗੱਡੀਆਂ 'ਤੇ ਚੜਿਆ ਫਿਰਦਾ ਮੈਨੂੰ ਗੱਡਾ ਵੀ ਨਹੀਂ ਮਿਲਦਾ, ਐਂ ਝੂਰੀ ਜਾਂਦਾ, ਦੂਜੇ ਦੇ ਸੁੱਖ ਵੇਖ ਵੇਖ ਕੇ ਝੂਰੀ ਜਾਂਦਾ, ਸੜੀ ਜਾਂਦਾ ਅੰਦਰੋਂ ਅੰਦਰੀ। ਮਹਾਰਾਜ ਕਹਿੰਦੇ ਨਾਮ ਜਪ ਲੈ, ਝੋਰਾ ਨਹੀਂ ਕੋਈ ਰਹੇਗਾ, ਤੈਨੂੰ ਮਿਲ ਜਾਣਗੀਆਂ ਸਾਰੀਆਂ ਗੱਡੀਆਂ, ਕੋਠੀਆਂ, ਕੱਪੜੇ ਪਾ ਲਈ, ਭਾਵੇਂ ਸੋਨੇ ਚਾਂਦੀ ਦੀ ਕਢਾਈ ਕਰਾ ਕੇ ਰਾਜਾ ਰੋਗੀ ਬਣ ਜਾ, ਨਾਮ ਜਪ ਲੈ। ਮਹਾਰਾਜ ਕਹਿੰਦੇ ਸੋਗ ਅਗਨ ਤਿਸ ਜਨ ਨਾ ਪਾਵੇ, ਝੋਰੇ ਦੀ ਅਗਨੀ ਉਹਨਾਂ ਨੂੰ ਕਦੇ ਨਹੀਂ ਵਿਆਪਦੀ, ਕਦੇ ਨਹੀਂ ਸਾੜਦੀ, ਐਨ ਸੰਤੁਸ਼ਟ, ਐਨ ਰੱਜੇ ਹੋਏ, ਭਰਪੂਰ ਉਹਨਾਂ ਦਾ ਹਿਰਦਾ ਹੁੰਦਾ ਹੈ। ਸਾਗਰ ਤਰਿਆ ਸਾਧੂ ਸੰਗੇ, ਸਾਧੂਆਂ ਦੀ ਸੰਗਤ ਨਾਲ ਇਹ ਬੰਦਾ ਸਾਗਰ ਸੰਸਾਰ ਭੋਜਨ ਨੂੰ ਸੌਖਾ ਹੀ ਤਰ ਜਾਂਦਾ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਲੱਖਾਂ ਹੀ ਤਾਰ ਦਿੱਤੇ ਨੀ ਅੰਮ੍ਰਿਤ ਛਕਾ ਛਕਾ ਕੇ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਲੱਖਾਂ ਹੀ ਤਾਰ ਦਿੱਤੇ ਅੰਮ੍ਰਿਤ ਛਕਾ ਛਕਾ ਕੇ, ਇੱਕ ਇੱਕ ਦਿਨ ਵਿੱਚ ਸਾਧੂ ਨੇ 10-10 ਹਜ਼ਾਰ ਨੂੰ ਅੰਮ੍ਰਿਤ ਛਕਾਇਆ। ਉਸ ਸਾਧੂ ਨੇ ਲੱਖਾਂ ਦੇ ਕੇਸ ਰਖਾਏ, ਲਓ ਸਰੀਰ ਦੇ ਹੁੰਦਿਆਂ ਵੀ ਸ਼ਹੀਦੀ ਤੋਂ ਬਾਅਦ ਅੱਜ ਵੀ ਤਾਰੀ ਜਾਂਦਾ ਉਹ ਸਾਧੂ, ਉਹਦੇ ਬਚਨ ਸੁਣ ਸੁਣ ਕੇ ਨੌਜਵਾਨ ਅੰਮ੍ਰਿਤ ਛਕੀ ਜਾਂਦੇ ਆ, ਛਕ ਨਹੀਂ ਰਹੇ, ਜੀਵਨਾਂ ਵਿੱਚ ਕ੍ਰਾਂਤੀ ਨਹੀਂ ਆਈ। ਇਹ ਸਾਧੂ ਦੀ ਪੂਰਨ ਸਾਧੂ ਦੀ ਸੰਗਤ ਦਾ ਫਲ ਹੈ, ਪਖੰਡੀਆਂ ਨੂੰ ਨਹੀਂ ਭਾਈ ਮੰਨਣਾ, ਪੂਰਨ ਸਾਧੂ ਦਾ ਸਤਿਕਾਰ ਕਰਨਾ। ਸਾਗਰ ਤਰਿਆ ਸਾਧੂ ਸੰਗਤ, ਸੰਸਾਰ ਭੋਜਨ ਤੋਂ ਸਾਧੂਆਂ ਦੀ ਸੰਗਤ ਕਰਕੇ ਸੁਖੈਨ ਤਰ ਜਾਈਦਾ। ਸਾਧੂ ਕਿਹੜਾ ਜਿਹੜਾ ਗੁਰੂ ਨਾਲ ਜੋੜੇ ਆਪਣੇ ਨਾਲ ਨਾ ਜੋੜੇ, ਇਹਨਾਂ ਮਹਾਂਪੁਰਖਾਂ ਨੇ ਕਿਸੇ ਨੂੰ ਆਪਣੇ ਨਾਲ ਨਹੀਂ ਜੋੜਿਆ, ਗੁਰਬਾਣੀ ਨਾਲ, ਨਾਮ ਨਾਲ, ਗੁਰਸਿੱਖੀ ਨਾਲ ਜੋੜਿਆ। ਸਾਧੂ ਦਾ ਅਰਥ ਹੈ ਸ੍ਰੇਸ਼ਟ, ਸ੍ਰੇਸ਼ਟ ਸਤਿਗੁਰਾਂ ਦੀ ਸੰਗਤ ਕਰਕੇ ਭਾਈ ਸੰਸਾਰ ਭੋਜਨ ਤੋਂ ਵੀ ਸੌਖਾ ਤਰ ਜਾਵੇਗਾ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੁਤਰੇ ਪਾਰ। ਸੰਤ ਬਾਬਾ ਅਤਰ ਸਿੰਘ ਜੀ ਬੂਰ ਮਾਜਰੇ ਦੀਵਾਨ ਲੱਗਾ ਹੋਇਆ ਸੀ ਚਮਕੌਰ ਸਾਹਿਬ ਦੇ ਕੋਲੇ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭੱਠੇ ਨੂੰ ਸ਼ਾਂਤ ਕਰਕੇ ਘੋੜੇ ਦੇ ਪੌੜ ਨਾਲ ਬਲਦੇ ਭੱਠੇ ਨੂੰ ਭੱਠਾ ਸਾਹਿਬ ਠੰਡ ਵਰਤਾਈ ਨਾ ਚਮਕੌਰ ਸਾਹਿਬ ਨੂੰ ਆਏ, ਬੂਰ ਮਾਜਰੇ ਖੂਹੀ 'ਤੇ 5 ਇਸ਼ਨਾਨਾ ਕੀਤਾ ਮਹਾਰਾਜ, ਬੜਾ ਭਿਆਨਕ ਸਮਾਂ। ਉੱਥੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲਿਆਂ ਦਾ ਦੀਵਾਨ ਲੱਗਾ, ਉਹ ਮਸਤੀ ਵਿੱਚ ਬਹੁਤ ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੀ, ਕਹਿੰਦੇ ਭਾਈ